ਲਾਰੈਂਸ ਬਿਸ਼ਨੋਈ ਦੀ ਦਹਿਸ਼ਤ ਦਾ ਐਨਆਈਏ ਦੀ ਜਾਂਚ ਦੌਰਾਨ ਵੱਡਾ ਖੁਲਾਸਾ ਚੰਡੀਗੜ੍ਹ ਪੰਜਾਬ ਦੇ ਇਲਾਵਾ 6 ਸੂਬਿਆਂ ਚੋਂ ਮੰਥਲੀ ਕਿਸ਼ਤ ਦੇ ਨਾਮ ਤੇ ਵਸੂਲ ਦਾ 1 ਕਰੋੜ ਰੁਪਏ ਗੈਂਗ ਮਜ਼ਬੂਤ ਕਰਨ ਨੂੰ ਯੂਪੀ ਤੋਂ ਖਰੀਦੇ 2 ਕਰੋੜ ਦੇ ਅਤਿਆਧੁਨਿਕ ਹਥਿਆਰ ਸਾਰਾ ਪੈਸਾ ਹਵਾਲਾ ਦੇ ਜ਼ਰੀਏ ਭੇਜਿਆ ਜਾ ਰਿਹਾ ਵਿਦੇਸ਼ਾਂ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਡਿਜੀਟਲ ਤੇ ਮੈਂ ਹਰੂਹੀ ਗਰੋਵਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਇੱਕ ਵੱਡੀ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਹਾਂ ਐਨਆਈਏ ਦੇ ਜਾਂਚ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਤੇ ਐਨਆਈ ਦੇ ਹੱਥ ਇੱਕ ਬਹੁਤ ਹੀ ਚੌਕਾਨ ਵਾਲੀ ਜਾਣਕਾਰੀ ਲੱਗੀ ਹੈ ਤਾਂ ਅੰਦਾਜ਼ਾ ਦਿਓ ਕਿ ਲਾਰੈਂਸ ਬਿਸ਼ਨੋਈ ਦੀ دہشت ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਵਿੱਚ ਇੰਨੀ ਗੂ ਹੈ ਕਿ ਹਰ ਮਹੀਨੇ 10 ਤਰੀਕ ਤੋਂ ਪਹਿਲਾਂ ਉਸ ਕੋਲ ਵਸੂਲੀ ਜਾਂ ਫਿਰ ਮੰਥਲੀ ਪੇਮੈਂਟ ਕਹ ਲੋ ਮੰਥਲੀ ਕਿਸ਼ ਕਹ ਲੋ ਪਹੁੰਚ ਜਾਂਦੀ ਹੈ ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਹਰਿਆਣਾ ਰਾਜਸਥਾਨ ਗੁਜਰਾਤ ਯੂਪੀ ਪੰਜਾਬ ਬਿਹਾਰ ਦੇ ਜਵਾਰੀ ਸੱਟੇ ਬਾਜ਼ਾ ਤੇ ਹਥਿਆਰਾਂ ਦੀ ਤਸਕਰੀ ਯਾਨੀ ਸਮਗਲਿੰਗ ਨਾਲ ਜੁੜੇ ਲੋਕ ਲੋਰੈਂਸ ਗੈਂਗ ਨੂੰ ਹਰ ਮਹੀਨੇ ਵਿਆਸੇ ਪਹੁੰਚਾ ਦਿੰਦੇ ਹਨ ਲੋਰੈਂਸ ਨੇ ਪੁੱਛਗਿਛ ਦੌਰਾਨ ਐਨਆਈਏ ਨੂੰ ਦੱਸਿਆ ਕਿ ਵੱਖ-ਵੱਖ ਸੂਬਿਆਂ ਤੋਂ ਉਹ ਪ੍ਰੋਟੈਕਸ਼ਨ ਦੇ ਨਾਮ ਤੇ ਆਪਣਾ ਹਿੱਸਾ ਵਸੂਲਦੇ ਸੀ ਵਪਾਰੀਆਂ ਤੋਂ ਡਾਕਟਰਾਂ ਤੋਂ ਕਲਾਕਾਰਾਂ ਤੋਂ ਵਸੂਲੀ ਕੀਤੀ ਜਾਂਦੀ ਸੀ ਤੇ ਕੁਝ ਕੁ ਲੋਕਾਂ ਤੋਂ ਵਨ ਟਾਈਮ ਪੇਮੈਂਟ ਲਈ ਜਾਂਦੀ ਸੀ ਬਹੁਤ ਸਾਰੇ ਇਦਾਂ ਵੀ ਨਹੀਂ ਜਿਨ੍ਹਾਂ ਨੂੰ ਮੰਥਲੀ ਲੱਖਾਂ ਰੁਪਏ ਦੇਣ ਲਈ ਬੰਨਿਆ ਗਿਆ ਹੈ ਤੇ ਜਾ ਕੇ ਫਿਰ ਕਹਿ ਲੋ ਕਿ ਕੰਪਲਸ਼ਨ ਹੈ ਪੈਸੇ ਉਹਨਾਂ ਨੂੰ ਦੇਣੇ ਹੀ ਦੇਣੇ ਪੈਣਗੇ ਮਹੀਨੇ ਦੇ ਤੌਰ ਤੇ ਪੈਸੇ ਦੇਣ ਵਾਲਿਆਂ ਵਿੱਚ ਜ਼ਿਆਦਾਤਰ ਇਦਾਂ ਦੇ ਵਪਾਰੀ ਜਾਂ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕ ਹਨ ਜਿਨ੍ਹਾਂ ਦੀ ਕਮਾਈ ਕਰੋੜਾ ਵਿੱਚ ਹੈ ਉਸ ਦੇ ਗਿਰੋਹ ਦੇ ਮੈਂਬਰ ਹਰ ਮਹੀਨੇ ਦੀ 10 ਤਰੀਕ ਤੋਂ ਪਹਿਲਾਂ ਇਹ ਰਕਮ ਸੰਬੰਧਿਤ ਲੋਕਾਂ ਤੋਂ ਵਸੂਲਦੇ ਹਨ ਤੇ ਫਿਰ ਇਸ ਰਕਮ ਨੂੰ ਇਕੱਠਾ ਇਕੱਠਾ ਕਰਕੇ ਹਵਾਲੇ ਦੇ ਜ਼ਰੀਏ ਕੈਨੇਡਾ ਤੇ ਦੂਜੇ ਕਈ ਦੇਸ਼ਾਂ ਵਿੱਚ ਪਹੁੰਚਾਇਆ ਜਾਂਦਾ ਹੈ ਲਾਰੈਂਸ ਨੇ ਐਨਆਈ ਨੂੰ ਦੱਸਿਆ ਕਿ ਉਸਨੇ ਗਿਰੋਹ ਨੂੰ ਹੋਰ ਮਜ਼ਬੂਤ ਕਰਨ ਲਈ ਯੂਪੀ ਵਿੱਚ ਗੈਂਗਸਟਰ ਰੋਹਿਤ ਚੌਧਰੀ ਦੇ ਜ਼ਰੀਏ 2 ਕਰੋੜ ਦੇ ਅਤਿਆਧੁਨਿਕ ਹਥਿਆਰ ਖਰੀਦੇ ਸਨ ਜਿਨ੍ਹਾਂ ਨੂੰ ਗੈਂਗ ਦੇ ਮੈਂਬਰ ਅਨਿਲ ਛੀਪੀ ਨੇ ਕਾਲਾ ਜਠੇੜੀ ਰਾਜੂ ਬਸੌਦੀ ਅਮਿਤ ਆਦਵਿਚ ਵੰਨ ਦਿੱਤੇ ਸਨ ਇਹ ਤਾਂ ਹੁੰਦਾ ਅਸੀਂ ਕਿ ਪਹਿਲਾਂ ਇਹਨਾਂ ਗੈਂਗਸਟਰਾਂ ਨੇ ਹਰਿਆਣਾ ਵਿੱਚ ਸ਼ਰਾਬ ਦੇ ਠੇਕੇਦਾਰਾਂ ਨੂੰ ਡਰਾ ਕੇ ਕੰਟਰੈਕਟ ਹਾਸਲ ਕੀਤੇ ਫਿਰ ਬਿਹਾਰ ਗੁਜਰਾਤ ਵਿੱਚ ਤਸਕਰੀ ਕਰਨ ਲੱਗੇ ਲੋਰੈਂਸ ਨੇ NIA ਨੂੰ ਪੁਚਕਿਸ਼ ਤੌਰਾਨ ਦੱਸਿਆ ਕਿ ਅਨਿਲ ਛੀਪੀ ਦਾ ਰੋहतक ਵਿੱਚ ਕਰੋੜ ਨਾਮ ਦੀ ਜਗ੍ਹਾ ਤੇ ਸ਼ਰਾਬ ਦਾ ਠੇਕਾ ਹੈ ਉਸ ਤੋਂ ਗਿਰੋਧ ਦੇ ਮੈਂਬਰ ਨਰੇਸ਼ ਸੇਠੀ ਨੇ ਦੱਸਿਆ ਕਿ ਸ਼ਰਾਬ ਦੇ ਬਿਜ਼ਨਸ ਵਿੱਚ ਬਹੁਤ ਪੈਸਾ ਹੈ ਉਸ ਤੋਂ ਬਾਅਦ ਉਸ ਦੇ ਗਿਰੋਧ ਦੇ ਮੈਂਬਰ ਕਾਲਾ ਜਠੇੜੀ ਰਾਜੂ ਬਸੌਦੀ ਤਾਂ ਨਰੇਸ਼ ਸੇਠੀ ਨੇ ਸ਼ਰਾਬ ਦੇ ਕਾਰੋਬਾਰ ਵਿੱਚ ਕਦਮ ਰੱਖਿਆ ਉਹਨਾਂ ਨੇ ਪਹਿਲਾਂ ਤਾਂ ਪੁਰਾਣੇ ਸ਼ਰਾਬ ਦੇ ਠੇਕੇਦਾਰਾਂ ਨੂੰ ਡਰਾ ਧਮਕਾ ਕੇ ਸਰਕਾਰੀ ਬੋਲੀ ਯਾਨੀ ਕਿ ਆਕਸ਼ਨ ਚੋਂ ਬਾਹਰ ਕੀਤਾ ਤੇ ਫਿਰ ਸੋਨੀਪਤ, ਰੋहतक ਤੇ ਚੱਜਰ ਵਿੱਚ ਸ਼ਰਾਬ ਦੇ ਕੰਟਰੈਕਟ ਹਾਸਲ ਕੀਤੇ ਇੱਥੋਂ ਉਹਨਾਂ ਨੇ ਗੁਜਰਾਤ ਤੇ ਬਿਹਾਰ ਵਿੱਚ ਤਸਕਰੀ ਕਰਨੀ ਸ਼ੁਰੂ ਕੀਤੀ ਤੇ ਇਸ ਤੋਂ ਇਲਾਵਾ ਉਹਨਾਂ ਨੇ ਸ਼ਰਾਬ ਦੇ ਠੇਕੇਦਾਰਾਂ ਤੋਂ ਰੁਪਏ ਵੀ ਵਸੂਲੇ ਐਨਆਈਯੂ ਦੀ ਟੀਮ ਲਗਾਤਾਰ ਲਾਰੈਂਸ ਤੇ ਉਸ ਦੇ ਗਿਰੋਹ ਦੇ ਮੈਂਬਰਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਤੇ ਹੁਣ ਤੋਂ ਅੰਦਾਜ਼ਾ ਲੱਗ ਕਿ ਲਾਰੈਂਸ ਗੈਂਗ ਨੂੰ ਕਿੱਥੋਂ-ਕਿੱਥੋਂ ਤੇ ਕਿੰਨੀ ਕਮਾਈ ਆ 5 ਲੱਖ ਰੁਪਏ सोनीपत ਟੋਲ ਪਲਾza 5 ਲੱਖ ਹਰਿਆਣਾ ਦਾ ਇੱਕ ਜਵਾਰੀ 10 ਲੱਖ ਚੰਡੀਗੜ੍ਹ ਦੇ ਕਲੱਬਸ 5 ਲੱਖ ਪੰਜਾਬ ਦੀ ਇੱਕ ਮਾਈਨਿੰਗ ਕੰਪਨੀ 35 ਲੱਖ सोनीपत ਰੋहतक ਚੱਜਰ ਬਾਦਲੀ ਤੇ ਗੁਰੂਗਰਾਮ ਦੇ ਸ਼ਰਾਬ ਦੇ ਠੇਕੇਦਾਰਾਂ ਤੋਂ ਉਸ ਤੋਂ ਬਾਅਦ 2 ਲੱਖ ਬੀਕਾਨੇ ਦੇ ਸਟੋਨ ਕੰਟਰੈਕਟਰ 2 ਲੱਖ ਗੁਜਰਾਤ ਤੇ ਰਾਜਸਥਾਨ ਦੇ ਸ਼ਰਾਬ ਤੇ ਅਫੀਮ ਤਸਕਰਾਂ ਤੋਂ ਤੇ 2 ਲੱਖ ਰਾਜਸਥਾਨ ਦੇ ਇੱਕ ਵਪਾਰੀ ਤੋਂ ਤੇ ਜਿਨ੍ਹਾਂ ਕੋਲ ਵਨ ਟਾਈਮ ਵਸੂਲੀ ਕੀਤੀ ਜਾਂਦੀ ਹੈ ਉਹਨਾਂ ਦੀ ਲਿਸਟ ਇਸ ਤਰ੍ਹਾਂ ਹੈ 20 ਲੱਖ ਰੁਪਏ ਪੰਜਾਬ ਦੇ ਫਾਈਨੈਂਸਰ ਤੋਂ 10 ਲੱਖ ਪੰਜਾਬ ਦੇ ਇੱਕ ਟੇਲਰ ਯਾਨੀ ਕਿ ਦਰਜੀ ਤੋਂ 10 ਲੱਖ ਪੰਜਾਬ ਦੇ ਇੱਕ ਮਿਲ ਮਾਲਿਕ ਤੋਂ 30 ਲੱਖ ਚੰਡੀਗੜ੍ਹ ਦੇ ਸ਼ਰਾਬ ਠੇਕੇਦਾਰ ਤੋਂ 10 ਲੱਖ ਦਿੱਲੀ ਦੇ ਕੰਟਰੈਕਟਰ ਤੋਂ ਉਸ ਤੋਂ ਬਾਅਦ 20 ਲੱਖ ਦਿੱਲੀ ਦੇ ਬੁੱਕੀ ਕੇਡੀ ਤੋਂ 50 ਲੱਖ ਰਾਜਸਥਾਨ ਦੇ ਜੈਦੀਪ ਪ੍ਰਾਪਰਟੀ ਡੀਲਰ ਤੋਂ 20 ਲੱਖ ਰਾਜਸਥਾਨ ਦੇ ਸੱਟੇਬਾਜ਼ਾ ਐਲ ਡੀ ਮਿੱਤਲ ਤੋਂ ਤੇ 40 ਲੱਖ ਦਿੱਲੀ ਦੇ ਸੱਟੇਬਾਜ਼ Google ਤੋਂ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਕਿ ਲਾਰੈਂਸ ਬਿਸ਼ਨੋਈ ਗੈਂਗ ਜੋ ਲੁੱਟ ਖਸੂਟ ਕਰਦਾ ਡਕੈਤੀ ਕਰਦਾ ਹੈ ਉਸ ਪੈਸੇ ਨੂੰ ਆਪਣੇ ਹੀ ਗਰੁੱਪ ਦੇ ਮੈਂਬਰਾਂ ਵਿੱਚ ਵੰਡ ਦਿੱਤਾ ਜਾਂਦਾ ਹੈ ਨਰੇਸ਼ ਸੇਠੀ ਕਾਲਾ ਜਠੇੜੀ ਅਨਿਲ ਛੀਪੀ ਰਾਜੂ ਬਸੋਦੀ ਜੈ ਭਗਵਾਨ ਤੇ ਰਕੇਸ਼ ਰਾਕਾ ਇਹਨਾਂ ਨੇ ਮਹਾਰਾਸ਼ਟਰ ਤੋਂ 65 ਲੱਖ ਰੁਪਏ ਲੁੱਟੇ ਸਨ ਤੇ ਇਹਨਾਂ ਨੂੰ ਆਪਣੇ ਹੀ ਗੈਂਗ ਦੇ ਵਿੱਚ ਵੰਡ ਦਿੱਤਾ ਗਿਆ ਸੀ ਤੁਸੀਂ ਇਸ ਖਬਰ ਬਾਰੇ ਕੀ ਕਰਨਾ ਚਾਹੁੰਦੇ ਹੋ ਸਾਨੂੰ ਜ਼ਰੂਰ ਦੱਸਿਓ ਵੇਖਦੇ ਰਹੋ ਵੋਇਲ ਪੰਜਾਬੀ ਡਿਜੀਟਲ